ਸੀਐਮ ਆਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਗੱਲਬਾਤ ਦੇ ਵੱਲ ਕੇਂਦਰ ਵਧਿਆ ਹੈ। ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ ਤੋਂ ਮਗਰੋਂ ਪਾਵਰ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ। 4 ਮੈਂਬਰੀ ਪਾਵਰ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। 4 ਮੈਂਬਰੀ ਪਾਵਰ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। 12 ਫਰਵਰੀ ਨੂੰ ਪਾਵਰ ਕਮੇਟੀ ਦੀ ਦਿੱਲੀ ਦੇ ਵਿੱਚ ਪਹਿਲੀ ਮੀਟਿੰਗ ਹੋਣੀ ਹੈ। ਦੂਜੇ ਦੌਰ ਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਨੂੰ ਸੱਦਾ ਭੇਜਿਆ ਜਾਏਗਾ। ਕਮੇਟੀ ਦੇ ਵਿੱਚ ਖੇਤੀਬਾੜੀ ਵਿਭਾਗ, ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਣਗੇ। ਕਮੇਟੀ ਨੂੰ ਲੈ ਕੇ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਤਾਂ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਕਮੇਟੀ ਨੂੰ ਲੈ ਕੇ। ਤਾਂ 12 ਫਰਵਰੀ ਨੂੰ ਮੀਟਿੰਗ ਹੋਏਗੀ ਜਿਸ ਦੇ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ। ਸੀਐਮ ਮਾਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਗੱਲਬਾਤ ਵੱਲ ਕੇਂਦਰ ਵਧਿਆ ਹੈ। ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦੇ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਪਾਵਰ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ। 4 ਮੈਂਬਰੀ ਪਾਵਰ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਤੇ 12 ਫਰਵਰੀ ਨੂੰ ਪਾਵਰ ਕਮੇਟੀ ਦੀ ਦਿੱਲੀ ਦੇ ਵਿੱਚ ਪਹਿਲੀ ਮੀਟਿੰਗ ਹੋਏਗੀ। 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ। ਕਰੀਬ 17 ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਸੱਦਾ ਦਿੱਤਾ ਗਿਆ। ਸਹਿਯੋਗੀ ਮਨੋਜ ਜੋਸ਼ੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਮਨੋਜ ਜੀ ਡਿਟੇਲ ਚਾਹਾਂਗੇ। ਬਿਲਕੁਲ, ਦੇਖੋ ਜੋ ਕੱਲ ਮੀਟਿੰਗ ਹੋਈ ਹੈ ਰਾਤੀ, ਉਹਦਾ ਇੱਕ ਜਿਹੜੀ ਹੈ ਕਾਫੀ ਅੱਛੀ ਮਤਲਬ ਕਿ ਮੀਟਿੰਗ ਰਹੀ ਹੈ। ਇਹਦੇ ਵਿੱਚ ਤੇ ਮੁੱਖ ਮੰਤਰੀ ਆਪ ਸ਼ਾਮਿਲ ਸੀਗੇ। ਇਹ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਕਿ 4 ਮੈਂਬਰਾਂ ਦੀ ਜਿਹੜੀ ਹੈਗੀ ਹੈ ਹਾਈ ਪਾਵਰ ਕਮੇਟੀ ਜਿਹੜੀ ਬਣਾਈ ਗਈ ਹੈਗੀ, ਜਿਹਦੇ ਵਿੱਚ ਕੇਂਦਰ ਸਰਕਾਰ ਦੇ ਜਿਹੜੇ ਸੈਕਟਰੀ ਲੈਵਲ ਦੇ ਅਧਿਕਾਰੀ ਨੇ ਉਹ ਸ਼ਾਮਿਲ ਹੋਣਗੇ। ਉਹਦੇ ਵਿੱਚ ਗ੍ਰਹਿ ਵਿਭਾਗ ਦੇ ਨੇ, ਫੂਡ ਐਂਡ ਸਪਲਾਈ ਦੇ ਨੇ, ਆਪਣਾ ਪਾਵਰ ਦੇ ਨੇ ਜਿਹੜੇ ਹੈਗੇ ਨੇ, ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ। ਤੇ ਉਹਨਾਂ ਦੀ ਜਿਹੜੀ ਕਮੇਟੀ ਹੈ ਹਾਈ ਪਾਵਰ ਕਮੇਟੀ ਜਿਹੜੀ ਕਿਸਾਨਾਂ ਨਾਲ ਗੱਲ ਕਰੇਗੀ, ਇਹਨੂੰ ਲੈ ਕੇ ਅੱਜ ਜਿਹੜੀ ਨੋਟੀਫਿਕੇਸ਼ਨ ਹੈ ਉਹ ਵੀ ਜਾਰੀ ਜਿਹੜੀ ਹੈਗੀ ਕੇਂਦਰ ਸਰਕਾਰ ਵੱਲੋਂ ਕਰ ਦਿੱਤੀ ਜਾਏਗੀ, ਤਾਂ ਕਿ ਜਿਹੜਾ ਹੈਗਾ ਕਾਨੂੰਨੀ ਰੂਪ ਨਾਲ ਤੇ ਬਿਲਕੁਲ ਲੀਗਲੀ ਤਰੀਕੇ ਨਾਲ ਜਿਹੜੀ ਗੱਲਬਾਤ ਕੀਤੀ ਜਾਵੇ। ਔਰ 12 ਤਰੀਕ ਨੂੰ ਚੰਡੀਗੜ੍ਹ ਦੌਰ ਮੀਟਿੰਗ ਹੋਈ ਸੀਗੀ, ਉਸ ਤੋਂ ਬਾਅਦ ਜਿਹੜੀ ਹੈਗੀ ਹੈ ਦੂਜੇ ਦੌਰ ਦੀ ਜਿਹੜੀ ਮੀਟਿੰਗ ਹੈਗੀ ਆ ਉਹ 12 ਤਰੀਕ ਨੂੰ ਦਿੱਲੀ ਦੇ ਵਿੱਚ ਇਸ ਹਾਈ ਪਾਵਰ ਕਮੇਟੀ ਨਾਲ ਹੋਏਗੀ। ਤੇ ਇਹ ਸੈਕਟਰੀ ਹੈਗੇ ਨੇ, ਇਹ ਸਾਰੀ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ, ਜਿਹੜੀ ਡਿਮਾਂਡ ਨੇ ਉਹਨਾਂ ਪਰ ਵਿਚਾਰ ਕਰ ਰਹੇ, ਜਿਹੜੀ 12 ਡਿਮਾਂਡ ਨੇ ਉਹਨਾਂ ਵਿਚਾਰ ਕਰ ਰਹੇ ਆ। ਤੇ ਵਿਚਾਰ ਕਰਨ ਤੋਂ ਬਾਅਦ ਜੋ ਵੀ ਇਹਦਾ ਮਸੌਦਾ ਹੈਗਾ, ਜਿਹੜੀਆਂ ਹੱਲ ਹੁੰਦੀਆਂ ਗਿਆ ਉਹਨਾਂ ਨੂੰ ਹੱਲ ਵੀ ਕੀਤਾ ਜਾਊਗਾ। ਮਤਲਬ ਕਿ ਜੇ ਅਸੀਂ ਗੱਲ ਕਹੀਏ ਕਿ ਹਾਈ ਪਾਵਰ ਕਮੇਟੀ ਦਾ ਮਕਸਦ ਹੈਗਾ, ਮੰਤਰੀਆਂ ਦੇ ਮਿਲਣ ਤੋਂ ਬਾਅਦ ਜਿਹੜੀ ਹਾਈ ਪਾਵਰ ਕਮੇਟੀ ਹੈਗੀ ਆ, ਇਹਦਾ ਮਕਸਦ ਇੱਕ ਹੀ ਹੈਗਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਸੈਟਿਸਫਾਈ ਕਰਨਾ ਤੇ ਉਹਨਾਂ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਦਾ ਹੱਲ ਕਰਨਾ। ਅਗਰ ਕੋਈ ਮੰਗ ਰਹਿ ਜਾਂਦੀ ਹੈ ਤਾਂ ਉਹਨੂੰ ਲੈ ਕੇ ਪੂਰਾ ਆਸ਼ਵਾਸਨ ਦੇਣਾ ਹੈਗਾ, ਤਾਂ ਕਿ ਆਮ ਟਾਈਮ 'ਚ ਉਹ ਮੰਗ ਨੂੰ ਵੀ ਪੂਰਾ ਕੀਤਾ ਜਾ ਸਕੇ। ਇਹ ਹਾਈ ਪਾਵਰ ਕਮੇਟੀ ਦੇ ਉੱਪਰ ਡਿਪੈਂਡ ਹੋਊ, ਜੋ ਵੀ ਕੰਮ ਹੁੰਦੇ ਆ, ਚਾਹੇ ਮੰਤਰੀਆਂ, ਚਾਹੇ ਮੁੱਖ ਮੰਤਰੀ ਬੈਠਣ, ਚਾਹੇ ਕਿਸਾਨ ਬੈਠਣ, ਅਗਰ ਜਿਹੜੇ ਆਫਿਸਰਸ ਹੁੰਦੇ ਆ ਉਹਨਾਂ ਨੇ ਕੰਮ ਕਰਨੇ ਹੁੰਦੇ ਆ। ਇਸ ਕਰਕੇ ਇਹ ਹਾਈ ਪਾਵਰ ਕਮੇਟੀ ਜਿਹੜੀ ਹੈਗੀ ਆ ਇਹ ਗਠਨ ਕਰ ਦਿੱਤਾ ਗਿਆ, ਜਿਹਦੀ ਮਤਲਬ ਕਿ ਦੂਜੇ ਦੌਰ ਜਿਹੜੀ ਮੀਟਿੰਗ ਹੈਗੀ ਆ ਉਹ ਦਿੱਲੀ ਦੇ ਵਿੱਚ ਹੋਵੇਗੀ 12 ਤਰੀਕ ਨੂੰ ਹੋਵੇਗੀ। ਤੇ ਸਥਾਨ ਹਜੇ ਤੈਅ ਨਹੀਂ ਹੋਇਆ, ਸਮਾਂ ਤੈਅ ਨਹੀਂ ਹੋਇਆ, ਪਰ ਇਹ ਸਾਫ਼ ਹੈ ਕਿ ਦੂਜੇ ਦੌਰ ਦੀ ਮੀਟਿੰਗ ਜਿਹੜੀ ਹੈ ਇਸ ਹਾਈ ਪਾਵਰ ਕਮੇਟੀ ਦੇ ਨਾਲ ਕਿਸਾਨਾਂ ਦੀ ਕੀਤੀ ਜਾਣੀ ਹੈ, ਔਰ ਕਿਸਾਨਾਂ ਨੂੰ ਦਿੱਲੀ ਆਉਣ ਦਾ ਨਿਯੋਤਾ 12 ਤਰੀਕ ਨੂੰ ਦਿੱਤਾ ਗਿਆ ਹੈਗਾ। ਹੁਣ ਦੇਖਣਾ ਹੋਵੇਗਾ ਕਿ ਕਿਸਾਨ ਮੁੱਖ ਮੰਤਰੀ ਜੀ ਜਿਸ ਤਰ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਪਾਵਰ ਕਮੇਟੀ ਦੀ ਤਰਫੋਂ, ਬਿਲਕੁਲ ਸੱਦਾ ਦਿੱਤਾ ਗਿਆ 12 ਤਰੀਕ ਦਾ ਕਿ ਕਿਸਾਨਾਂ ਦੇ ਨਾਲ ਬੈਠਕ ਕੀਤੀ ਜਾਏਗੀ, ਤੇ ਉਧਰੋਂ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ ਦਿੱਲੀ ਕੂਚ ਹੈ। ਕੀ ਕਿਸਾਨਾਂ ਦਾ ਦਿੱਲੀ ਕੂਚ ਟਲੇਗਾ ਜਾਂ ਕਿਸਾਨ ਹਲੇ ਵੀ ਅੜੇ ਹੋਏ ਨੇ, ਇਸ ਮੁਤਲਕ ਜਾਣਕਾਰੀ ਬੜੇ ਸੁਹਾਰਦਪੂਰਨ ਕਿੱਦਾਂ ਹੋਈ ਹੈ, ਹਰ ਗੱਲ ਦੇ ਉੱਪਰ ਸਾਡੇ ਨਾਲ ਹਾਮੀ ਭਰੀ ਗਈ ਹੈਗੀ ਹੈ। ਤੇ ਸਾਰੇ ਕਿਸਾਨ ਵੀ ਖੁਸ਼ ਸੀਗੇ, ਮੁੱਖ ਮੰਤਰੀ ਵੀ ਖੁਸ਼ ਸੀਗੇ। ਤੇ ਉਹ ਗੱਲ ਕਹੀ ਗਈ ਕਿ ਪਹਿਲੇ ਦੌਰ ਦੀ ਮੀਟਿੰਗ ਹੁਣ ਜਿਹੜੀ ਹੈਗੀ ਆ, ਪਰ ਸਾਰਾ ਅੰਦੋਲਨ ਜਿਹੜਾ ਹੈਗਾ ਉਹ ਜਾਰੀ ਹੈ, ਉਸ ਕੋਈ ਬੇਵਸਤੀ ਹੋਏਗਾ। ਤੇ ਨਾਲ ਗੱਲ ਕਹੀ ਕਿ ਜਿਹੜੀ ਹੋਰ ਦੂਜੇ ਦੌਰ ਜਿਹੜੀ ਮੀਟਿੰਗ ਹੋਊ ਉਹਦੇ ਵਿੱਚ ਗੱਲਾਂ ਸਾਫ਼ ਹੋਣਗੀਆਂ। ਦੂਜੇ ਦੌਰ ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਅੰਦੋਲਨ ਜਾਂਦੇ ਨੇ ਦਿੱਲੀ ਜਾਂਦੇ ਨੇ, ਜਾਂ ਅੰਦੋਲਨ ਨੂੰ ਅੰਸ਼ਿਕ ਰੱਖਦੇ ਨੇ, ਜਾਂ ਅੰਦੋਲਨ ਸ਼ਿਫਟ ਕਰਦੇ ਨੇ, ਜਾਂ ਅੰਦੋਲਨ ਜਿਹੜਾ ਹੈਗਾ ਉਹਨੂੰ ਲੈ ਕੇ ਕੋਈ ਹੋਰ ਨਾਲ ਤਿਆਰ ਕਰਦੇ ਨੇ, ਇਹ ਜਿਹੜੀ ਹੈਗੀ ਦੂਜੇ ਦੌਰ ਦੀ ਮੀਟਿੰਗ ਤੋਂ ਬਾਅਦ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਪਰ ਦੂਜੇ ਦੌਰ ਦੀ ਮੀਟਿੰਗ ਜਿਹੜੀ ਹੈ ਕਾਫੀ ਅਹਿਮ ਰਹਿਣ ਵਾਲੀ ਹੈਗੀ ਹੈ ਜੀ, ਪਰ ਸਾਰਿਆਂ ਦੀਆਂ ਜਿਹੜੀਆਂ ਨੇ ਆਸਾਂ ਟਿਕੀਆਂ ਹੋਈਆਂ, ਚਾਹੇ ਉਹ ਕਿਸਾਨ ਨੇ, ਚਾਹੇ ਉਹ ਮੁੱਖ ਮੰਤਰੀ ਨੇ, ਚਾਹੇ ਉਹ
ਜਿਹੜੇ ਨੇ ਕੇਂਦਰੀ ਸੈਕਟਰੀ ਜਿਹਨੇ ਆਪਾਂ ਕਹਿੰਦੇ ਆ ਉਹ ਜਿਹੜੇ ਇਸ ਮੀਟਿੰਗ ਬੈਠਣਗੇ ਤੇ ਉਹ ਵੀ ਇਸ ਲਈ ਬੈਠਣਗੇ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਖਬਰ ਤੇ ਨਜ਼ਰ ਬਣਾ ਕੇ ਰੱਖਣਾ ਅਸੀਂ ਅਪਡੇਟਸ ਲੈਂਦੇ ਰਹਾਂਗੇ ਫਿਲਹਾਲ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।